ਹੁਣ ਕੈਪਟਨ ਅਮਰਿੰਦਰ ਸਿੰਘ ਖੁਦ ਜਿਹੜੇ ਆ ਜੀ ਉਹ ਵੀ ਇਕਾਂਤਵਾਸ ਵਿੱਚ ਚਲੇ ਗਏ ਅਤੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਹ ਮੂੰਹ 'ਤੇ ਛਿੱਕਲੀ ਪਾ ਕੇ ਗਏ ਸੀਗੇ ਮੂੰਹ 'ਤੇ ਛਿੱਕਲੀ ਪਾ ਕੇ ਤਾਂ ਕਹਿ ਰਿਹਾ ਮਾਸਕ ਤਾਂ ਨਹੀਂ ਕਿਹਾ ਕਿਉਂਕਿ ਬੋਲਣਾ ਨਾ ਪਵੇ ਪੰਜਾਬ ਦੇ ਵਿੱਚ ਤਾਂ ਜੀ ਲੀਡਰ ਜਿਹੜੇ ਆ ਉਹ ਕਾਫੀ ਢਿੱਲੇ ਮੁੱਠੇ ਚੱਲ ਰਹੇ ਆ 29 ਦੇ ਕਰੀਬ ਜਿਹੜੇ ਆ ਤਕਰੀਬਨ ਉਹ ਵਿਧਾਇਕ ਕਰੋਨਾ ਤੋਂ ਪੀੜਿਤ ਸੀਗੇ ਅਤੇ ਉਸ ਤੋਂ ਹੁਣ ਇਹ ਬਹਾਨਾ ਲਾ ਦਿੱਤਾ ਗਿਆ ਜੀ ਕਿਉਂਕਿ ਮੈਂ ਕਹਿੰਦੇ ਦੋ ਵਿਧਾਇਕਾਂ ਨੂੰ ਮਿਲ ਪਿਆ ਨਿਰਮਲ ਸਿੰਘ ਚਤਰਾਣੇ ਨੂੰ ਅਤੇ ਕੁਲਵੀਰ ਸਿੰਘ ਜ਼ੀਰੇ ਨੂੰ ਉਹ ਜਿਹੜੀ ਕਰੋਨਾ ਪੋਜ਼ੀਟਿਵ ਆਏ ਹੋਏ ਆ ਇਸ ਕਰਕੇ ਸਰਕਾਰੀ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਮੈਨੂੰ ਵੀ ਜਿਹੜਾ ਜੀ ਉਹ ਕਹਿੰਦੇ ਵੀ ਹੁਣ ਸ਼ਾਂਤ ਵਾਸ ਵਿੱਚ ਰਹਿਣਾ ਪੈਣਾ ਹੈ ਅਤੇ ਵੈਨਕੂਵਰ ਦੇ ਵਿੱਚ ਕਹਿੰਦੇ ਜਿਹੜਾ ਟਰੰਪ ਹੋਟਲ ਉਹ ਵੀ ਬੰਦ ਹੋ ਰਿਹਾ ਵੈਨਕੂਵਰ ਦੇ ਵਿੱਚ ਜਿਹੜਾ ਟਰੰਪ ਹੋਟਲ ਜਦੋਂ ਤੋਂ ਬਣਿਆ ਜੀ ਉਦੋਂ ਤੋਂ ਵਿਵਾਦਾਂ ਦੇ ਵਿੱਚ ਇਹ ਰਿਹਾ ਜੀ ਜਦੋਂ ਇਹ ਟਰੰਪ ਦਾ ਨਾਂ ਲਾ ਕੇ ਹੋਟਲ ਬਣਿਆ ਹਾਲਾਂਕਿ ਇਮਾਰਤ ਬੜੀ ਆਲੀਸ਼ਾਨ ਆ ਜਦੋਂ ਤੁਸੀਂ ਅੰਦਰ ਵੜਦੇ ਆ ਜੀ ਜੋਰਜੀਆ ਸਟ੍ਰੀਟ ਵੈਸਟ ਦੇ ਉੱਤੇ ਸਥਿਤ ਹੈਗਾ ਅਤੇ ਇੱਕ ਵਾਰੀ ਮੂੰਹ ਦੇ ਵਿੱਚੋਂ ਨਿਕਲਦਾ ਆ ਸੱਚੀ ਵਾਹ ਕਿਆ ਖੂਬਸੂਰਤੀ ਬਣਾਈ ਆ ਹੈ ਨਾ 1917 'ਚ ਇਹਦੀ ਓਪਨਿੰਗ ਹੋਈ ਆ ਤਾਂ ਉਸੇ ਵੇਲੇ ਮਜ਼ਾਰੇ ਸ਼ੁਰੂ ਹੋ ਗਿਆ ਸੀ ਵੀ ਟਰੰਪ ਦਾ ਨਾਂ ਜਿਹੜਾ ਆ ਇੱਥੋਂ ਲਾਹੌਰ ਜਿਹੜਾ ਇਹਦਾ ਵੈਨਕੂਵਰ ਟਰੰਪ ਟਾਵਰ ਨਾਂ ਰੱਖਿਆ ਜੇ ਟਰੰਪ ਦਾ ਨਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਟਰੰਪ ਨੂੰ ਲੋਕ ਜਿਹੜੇ ਆ ਉਹ ਕੈਨੇਡਾ ਵਿੱਚ ਬਹੁਤ ਵੱਡੀ ਗਿਣਤੀ ਆ ਜਿਹੜੀ ਕਿ ਸੱਜੇ ਪੱਖੀ ਸਮਝਦੀ ਆ ਉਹਨੂੰ ਵੰਡ ਪਾਊ ਸਮਝਦੀ ਆ ਉਹਨੂੰ ਸਮਾਜ ਨੂੰ ਖਰਾਬ ਕਰਨ ਵਾਲਾ ਸਮਝਦੀ ਆ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਕਰੋਨਾ ਦਾ ਜਿਹੜਾ ਜੀ ਪ੍ਰਕੋਪ ਸ਼ੁਰੂ ਹੋ ਗਿਆ ਅਤੇ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜੀ ਉਹ ਮੁੜ ਕੇ ਜਿਹੜਾ ਇਹ ਟਰੰਪ ਟਾਵਰ ਸੀਗਾ ਉਹ ਟੈਂਪਰੇਰੀ ਤੌਰ ਦੇ ਉੱਤੇ ਆਰਜ਼ੀ ਤੌਰ ਦੇ ਉੱਤੇ ਬੰਦ ਕਰ ਦਿੱਤਾ ਹੁਣ ਪਤਾ ਲੱਗਾ ਕਿ ਜਿਹੜੀ ਕੰਪਨੀ ਹੁਣ ਇਸ ਨੂੰ ਚਲਾ ਰਹੀ ਸੀ ਪਿੱਛੋਂ ਉਹੀ ਬੈਂਕਰਪਸੀ ਜਿਹੜੀ ਆ ਜੀ ਉਹ ਕਰਨ ਲੱਗੀ ਇਹਦੇ ਬਾਰੇ ਅੱਜ ਅੱਡ ਅੱਡ ਰਿਪੋਰਟਸ ਜਿਹੜੀਆਂ ਆ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਆਈਆਂ ਹੈਗੀਆਂ ਆ 28 ਅਗਸਤ ਦਿਨ ਸ਼ੁੱਕਰਵਾਰ ਦੋਸਤੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦਸਹੋਤਾ ਐਂਡ ਸਹੋਤਾ ਸ਼ੋਅ ਅੱਜ ਦੇ ਸ਼ੋਅ ਵਿੱਚ ਕੁਝ ਖਾਸ ਗੱਲਾਂਬਾਤਾਂ ਕਰਨੀਆਂ ਔਰ ਸਭ ਤੋਂ ਮਹੱਤਵਪੂਰਨ ਗੱਲ ਕਿ ਕਰੋਨਾ ਵਾਇਰਸ ਦੇ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਕਿੰਨੀ ਘਟਾ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਹੈ ਕਿੰਨੇ ਸਮੇਂ ਵਿੱਚ ਆਪਣੇ ਪੈਰਾਂ 'ਤੇ ਦੁਬਾਰਾ ਆਜੂਗੀ GDP ਦੀ ਹੁਣ ਕੀ ਹਾਲਤ ਆ ਭਵਿੱਖ ਦੇ ਬਾਰੇ ਕੀ ਕਿਹਾ ਜਾ ਸਕਦਾ ਵੈਨਕੂਵਰ ਦੇ ਵਿੱਚ ਟਰੰਪ ਹੋਟਲ ਬੰਦ ਹੋਣ ਜਾ ਰਿਹਾ ਕੀ ਕਾਰਨ ਆ ਕਿਉਂ ਟਰੰਪ ਹੋਟਲ ਬੰਦ ਹੋਣ ਜਾ ਰਿਹਾ ਇਹਦੇ ਬਾਰੇ ਕੁਝ ਖਾਸ ਗੱਲਾਂ ਬਾਤਾਂ ਕੁਝ ਖਬਰਾਂ ਭਾਰਤ ਤੋਂ ਪੰਜਾਬ ਤੋਂ ਕਰੋਨਾ ਵਾਇਰਸ ਬਾਰੇ ਬਿਨਾਂ ਕਿਸੇ ਦੇਰੀ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦਸੋਤਾ ਐਂਡ ਸੋਤਾ ਸ਼ੋ ਗੱਲ ਜ਼ਰਾ ਹਟ ਕੇ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਜਸਕਾਨ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਨਾਲ ਹੀ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੀ ਦੇ ਪਾਇਲ ਬਿਨਾਂ ਸੈਂਟਰ 'ਚ ਮੌਜੂਦ ਗਹਿਣਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜੂਲਰਸ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਇਹਨਾਂ ਦੀ ਖਾਸੀਅਤ ਹੈ ਇਸ ਦੇ ਨਾਲ ਹੀ ਇਹ 15% ਡਿਸਕਾਊਂਟ ਜਿਹੜਾ ਡਾਇਮੰਡ ਜੂਲਰੀ ਦੇ ਉੱਤੇ ਦੇ ਰਹੇ ਆ ਸੋਨੇ ਚਾਂਦੀ ਦੇ ਭਾਂਤ ਭਾਂਤ ਦੇ ਗਹਿਣੇ ਅੱਖੀਂ ਵੇਖਣ ਲਈ ਪਹੁੰਚੋ ਯੂਨਿਟ 332 8128128 ਸਟਰੀਟ ਸਰੀ ਇਸ ਦੇ ਨਾਲ ਜੇ ਤੁਸੀਂ ਵਟਸਐਪ 'ਤੇ ਵੀਡੀਓ ਕਾਲ ਕਰਕੇ ਔਨਲਾਈਨ ਗਹਿਣੇ ਦੇਖਣੇ ਅਤੇ ਖਰੀਦਣੇ ਹੋਣ ਤਾਂ ਮਹਿੰਦਰਾ ਜੂਲਰ ਦਾ ਨੰਬਰ ਸੇਵ ਕਰ ਲਓ 604-916-1010 ਇਸ ਤੁਹਾਡੇ ਦੂਜੇ ਸਪੋਂਸਰ ਨੇ ਫਾਈਬਰ ਟੈਕ ਪਲੰਬਿੰਗ ਦੀ ਦੁਨੀਆ 'ਚ ਵੱਡਾ ਨਾਂ ਸਰੀ ਵੈਨਕੂਵਰ ਕੁਕਟਲਮ ਤੋਂ ਇਹ ਸੇਵਾਵਾਂ ਦੇ ਰਹੇ ਆ ਪੂਰੀ BC ਦੇ ਵਿੱਚ ਸਮਾਨ ਡਿਲੀਵਰ ਕਰਦੇ ਆ ਨਵਾਂ ਘਰ ਬਣਾ ਰਹੇ ਹੋ ਟਾਊਨ ਹਾਊਸ ਕੌਂਡੋ ਪ੍ਰੋਜੈਕਟ ਸ਼ੁਰੂ ਕੀਤਾ ਜਾਂ ਰੈਨੋਵੇਸ਼ਨ ਲਈ ਪਲੰਬਿੰਗ ਦਾ ਸਮਾਨ ਚਾਹੀਦਾ ਟੂਟੀਆਂ ਟੱਬ ਚਾਹੀਦੇ ਆ ਤਾਂ ਅੱਜ ਹੀ ਫਾਈਬਰ ਟੈਕ 'ਤੇ ਪਹੁੰਚੋ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਆਲਾ ਬ੍ਰਾਂਡਸ ਲਈ ਇੱਕ ਭਰੋਸੇਯੋਗ ਅਤੇ ਵੱਡਾ ਨਾਂ 8247-1130 ਸਟਰੀਟ ਸਰੀ ਫਾਈਬਰ ਟੈਕ ਦਾ ਫੋਨ ਹੈਗਾ ਜੀ 604-507-2199 ਕਰੋਨਾ ਵਾਇਰਸ ਨੇ ਬਹੁਤ ਨੁਕਸਾਨ ਕੀਤਾ ਜੇ ਕੈਨੇਡਾ ਦੀ ਆਰਥਿਕਤਾ ਬਾਰੇ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਨੁਕਸਾਨ ਹੋਇਆ ਜੀ ਦੇਖੋ ਜੀ ਜਦੋਂ ਕੋਈ ਮੁਲਕ ਬਣਦਾ ਆ ਤਾਂ ਇਹੀ ਗੱਲ ਹੈ ਜਾਂ ਕੋਈ ਘਰ ਬਣਦਾ ਆ ਅਤੇ ਉਹ ਤਬਕਾ ਜਿਹੜਾ ਕਿ ਜੋੜ ਕੇ ਬਣਦਾ ਆ ਜਦੋਂ ਕੋਈ ਨੁਕਸਾਨ ਹੋਣਾ ਹੁੰਦਾ ਤਾਂ ਘੜਿਆਂ ਦੇ ਘੜੇ ਡੁੱਲ ਜਾਂਦੇ ਆ ਉਹੀ ਗੱਲ ਜਿਹੜੀ ਹੈ ਕਰੋਨਾ ਵਾਇਰਸ ਨੇ ਹੋਈ ਆ ਕੀਤੀ ਆ ਹਾਲਾਂਕਿ ਆਪਾਂ ਨੂੰ ਉਹ ਮਹਿਸੂਸ ਨਹੀਂ ਹੋ ਰਿਹਾ ਜਾਂ ਇਹਦੇ ਦੂਰਗਾਮੀ ਜਿਹੜੇ ਪ੍ਰਭਾਵ ਆ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਤਾ ਲੱਗਣਿਆ ਕਿਉਂਕਿ ਹਾਲੇ ਤਾਂ ਆਪਾਂ ਕਹਿ ਲਓ ਵੀ ਬਿਮਾਰੀ ਵਿੱਚੋਂ ਗੁਜ਼ਰ ਰਹੇ ਹਾਂ ਅਤੇ ਗਲੂਕੋਜ਼ ਲੱਗਾ ਆ ਆਪਾਂ ਨੂੰ ਲੱਗ ਰਿਹਾ ਵੀ ਆਪਾਂ ਬਚ ਗਏ ਇੰਨਾ ਹੀ ਬਹੁਤ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਾਈਡ ਇਫੈਕਟ ਹੁੰਦੇ ਆ ਬਿਮਾਰੀ ਦੇ ਉਹ ਬਾਅਦ ਦਿਸਣੇ ਆ ਅਤੇ ਉਹਦਾ ਅੰਦਾਜ਼ਾ ਇਸ ਗੱਲ ਤੋਂ ਲਾ ਰਿਹਾ ਜਾ ਰਿਹਾ ਕਿ ਜਿਹੜੀ ਕੈਨੇਡਾ ਦੀ GDP ਹੈਗੀ ਆ ਜੀ ਇੱਕ ਕੁਆਟਰ ਦੇ ਵਿੱਚ ਉਹ ਤਕਰੀਬਨ 37-38% ਸ਼੍ਰਿੰਕ ਹੋਈ ਹੈ ਜੀ ਅਤੇ ਜਦੋਂ ਪੂਰੇ ਮੁਲਕ ਦੀ GDP ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਅਕਸਰ ਜਿਹੜੀ ਆ ਕੁਝ ਪਰਸੈਂਟ ਸਿੰਗਲ ਡਿਜਿਟ ਵਿੱਚ ਹੀ ਹੁੰਦੀ ਆ ਅਤੇ ਹੁਣ ਡਬਲ ਡਿਜਿਟ ਦੇ ਵਿੱਚ ਜਿਹੜੀ ਹੈ ਜੀ ਉਹ ਸ਼੍ਰਿੰਕ ਹੋ ਜਾਣੀ ਇੱਕ ਬਹੁਤ ਵੱਡਾ ਨੁਕਸਾਨ ਹੈਗਾ ਆ ਕੈਨੇਡਾ ਦੇ ਵਾਸਤੇ ਇਕੱਲੇ ਕੈਨੇਡਾ ਦੇ ਵਾਸਤੇ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਆ ਇਕੋਨਮੀਜ਼ ਹੈਗੀਆਂ ਇਸ ਤਰ੍ਹਾਂ ਸ਼੍ਰਿੰਕ ਹੋਈਆਂ ਆ ਪਰ ਇਹਦੇ ਜਿਹੜੇ ਨਤੀਜੇ ਹੈਗੇ ਆ ਲੋਕਾਂ 'ਤੇ ਕਿਵੇਂ ਪੈਣੇ ਆ ਉਹ ਆਉਣ ਵਾਲੇ ਸਾਲਾਂ 'ਚ ਪਤਾ ਲੱਗਣਾ ਹੁਣ ਤਾਂ ਇੱਦਾਂ ਵੀ ਸਰਕਾਰ ਜਿਹੜੀ ਆ ਉਹ ਬਚਾਅ ਮੋਡ ਦੇ ਵਿੱਚ ਹੈਗੀ ਆ
ਵੀ ਲੋਕ ਹੌਸਲੇ ਦੇ ਵਿੱਚ ਰਹਿਣ, ਕੰਮ ਚੱਲੀ ਜਾਣ, ਕੁਛ ਕੋਲੋਂ ਮਦਦਾਂ ਦਿੱਤੀਆਂ ਜਾ ਰਹੀਆਂ ਆ। ਸਰਕਾਰ ਕੀ ਹੁੰਦੀ ਆ? ਸਰਕਾਰ ਆਪਣੇ ਆਪ 'ਚ ਕੁਛ ਨਹੀਂ ਹੁੰਦੀ। ਸਰਕਾਰ ਨੇ ਲੋਕਾਂ ਕੋਲੋਂ ਟੈਕਸ ਵਗਰਾ ਕੇ ਲੋਕਾਂ ਦੇ ਭਲੇ ਦੇ ਲੋਕਾਂ ਦੀਆਂ ਚੀਜ਼ਾਂ ਦੇ ਉੱਤੇ ਲਾਉਣਾ ਹੁੰਦਾ ਜੀ ਪੈਸਾ। ਸੋ ਜਿਹੜੇ ਟੈਕਸ ਗਾਂਹ ਵਧਣੇ ਆ, ਉਹ ਇਹ ਇਕੋਨਮੀ ਮੁੜ ਪੈਰਾਂ ਸਿਰ ਲੈ ਕੇ ਆਉਣੀ ਆ, ਉਹ ਜਿਹੜੇ ਟੈਕਸ ਪੇਅਰਸ ਆ ਉਹਨਾਂ ਦੇ ਸਿਰੇ ਮੁੜ ਕੇ ਬੋਝ ਪੈਣਾ ਆ। ਸੋ ਇੱਕ ਵਾਰੀ ਜਦੋਂ ਇਹ ਕਰੋਨਾ ਬਿਮਾਰੀ ਦੇ ਵਿੱਚੋਂ ਨਿਕਲ ਗਿਆ ਸਾਰਾ ਸਮਾਜ, ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਅਗਲੇ ਕੁਝ ਸਾਲ ਜਿਹੜੇ ਆ ਜੀ ਉਹ ਟੈਕਸ ਬਰਡਨ ਦੇ ਹੇਠ ਵੀ ਉਹ ਦੱਬ ਹੋਣੇ। ਇਹ ਫਿਰ ਵੀ ਕੀ ਟੈਕਸ ਇੱਕਦਮ ਵੱਧ ਜਾਣਗੇ, ਜ਼ਿਆਦਾ ਨੁਕਸਾਨ ਹੋਊਗਾ, ਜਾਂ ਕਿਤੇ ਕਹਿੰਦੇ ਲੋਨ ਲਾਨ ਮਿਲਿਆ ਆ ਉਹਦਾ ਵਿਆਜ ਬਹੁਤ ਥੋੜ੍ਹਾ ਆ, 15-20 ਸਾਲ ਹਜੇ ਇਹ ਇਕੋਨਮੀ ਨੂੰ ਸਾਂਭ ਜਾਣਗੇ? ਦੇਖੋ ਇਸ ਤਰ੍ਹਾਂ ਹੁੰਦੀ ਹੈ ਗੱਲ ਕਿ ਹਰੇਕ ਮੁਲਕ ਦੀ ਆਪੋ ਆਪਣੀ ਸਮਰੱਥਾ ਹੁੰਦੀ ਆ। ਤੁਹਾਡੇ ਕੋਲ ਰਿਜ਼ਰਵ ਦੇ ਵਿੱਚ ਕਿੰਨਾ ਪੈਸਾ ਪਿਆ ਆ, ਤੁਹਾਡੇ ਕੋਲ ਗੋਲਡ ਕਿੰਨਾ ਪਿਆ, ਤੁਹਾਡੇ ਕੋਲ ਹੋਰ ਅਸਾਸੇ ਜਿਹੜੇ ਆ ਕਿੰਨੇ ਹੈਗੇ ਆ, ਉਹਨਾਂ 'ਤੇ ਨਿਰਭਰ ਕਰਦਾ। ਪਰ ਨਾਲ ਦੀ ਨਾਲ ਜਿਹੜੀ ਇੱਕ ਹੋੜ ਲੱਗੀ ਹੋਈ ਆ ਕਿ ਮੈਂ ਅੱਗੇ ਲੰਘਣਾ, ਜੇ ਤਾਂ ਨਿਰਵਾਹ ਕਰਨ ਦੀ ਗੱਲ ਹੋਵੇ ਤਾਂ ਨਿਰਵਾਹ ਤਾਂ ਚੱਲੀ ਜਾਣਾ ਜੀ। ਇੱਕ ਜਿਹੜੀ ਇਹ ਹੋੜ ਲੱਗੀ ਹੋਈ ਆ ਕਿ ਮੇਰੀ GDP ਦੂਜੇ ਦੀ GDP ਦੇ ਨਾਲੋਂ ਵੱਧ ਜਾਵੇ, ਅਸੀਂ ਵਿਕਾਸਸ਼ੀਲ ਮੁਲਕ ਨਹੀਂ ਹੈਗੇ, ਅਸੀਂ ਹੁਣ ਵਿਕਸਿਤ ਮੁਲਕ ਹਾਂ, ਅਸੀਂ G8 ਦੇ ਵਿੱਚ ਹੈਗੇ ਹਾਂ। ਇਹ ਜਿਹੜੇ ਕਹਿ ਲਓ ਵੀ ਲਕਪ ਜਿਹੜੇ ਮਿਲੇ ਹੋਏ ਆ, ਇਹਨਾਂ ਨੂੰ ਕਾਬੂ ਰੱਖਣ ਦੇ ਵਾਸਤੇ, ਕਾਇਮ ਰੱਖਣ ਦੇ ਵਾਸਤੇ ਜਿਹੜਾ ਜੀ ਸਾਰਾ ਕੁਛ ਕਰਨਾ ਪੈਂਦਾ ਆ। ਅਤੇ ਬਿਲਕੁਲ ਟੈਕਸ ਤਾਂ ਵਧਣਗੇ ਵਧਣਗੇ ਜੀ, ਜਿਹੜੇ ਹੁਣ ਲੋਕਾਂ ਨੂੰ ਪੈਸੇ ਵੰਡੇ ਗਏ ਆ ਸਰਕਾਰ ਨੇ, ਜੇਬ 'ਚੋਂ ਤਾਂ ਦੇਣੇ ਨਹੀਂ, ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਜਾਣੇ ਆ। ਪਰ ਹਾਲੇ ਤਾਂ ਗੱਲ ਕਿ ਉਹ ਉੱਥੇ ਤੱਕ ਆਪਾਂ ਪਹੁੰਚੇ ਨਹੀਂ, ਹਜੇ ਤਾਂ ਆਪਾਂ ਬਿਮਾਰੀ ਦੇ ਵਿੱਚੋਂ ਗੁਜ਼ਰ ਰਹੇ, ਇਹ ਵੀ ਨਹੀਂ ਪਤਾ ਕਿ ਨਿਕਲਣਾ ਕਦੋਂ। ਇਹਦਾ ਇਹ ਫਰਕ ਹੋਊਗਾ ਵੀ ਹੁਣ ਇਕੱਲੇ ਕੈਨੇਡਾ ਨੂੰ ਤਾਂ ਫਰਕ ਹੋਇਆ ਨਹੀਂ। ਹਾਂਜੀ, ਜੇ ਤਾਂ ਮੰਨ ਲਓ ਜਿੱਦਾਂ ਕ੍ਰਾਈਸਿਸ ਆਇਆ ਸੀ ਵੀ ਪਿੱਛੇ ਜੇ 10 ਸਾਲ ਪਹਿਲਾਂ ਆਇਆ ਵੀ ਉਹਦੇ ਨਾਲ ਫਾਈਨੈਂਸ਼ੀਅਲੀ ਤੁਸੀਂ ਥੱਲੇ ਚਲੇ ਗਏ, ਮਾਰਕੀਟ ਡਿੱਗ ਜਾਂਦੀ ਆ, ਇਹ ਤਾਂ ਹੁਣ ਪੂਰੀ ਦੁਨੀਆ ਦੇ ਵਿੱਚ ਹੀ ਹੈ। ਇਹ ਚੀਜ਼ ਕੁਛ ਬਚਾਉਂਦੀ ਆ ਦੇਸ਼ ਨੂੰ ਵੀ? ਇਹ ਤਾਂ ਸਾਰਿਆਂ ਨਾਲ ਹੀ ਹੋਇਆ। ਇਹਦੇ ਵਿੱਚ ਇੱਦਾਂ ਹੁੰਦਾ ਜੀ ਕਿ ਬਹੁਤ ਸਾਰੀਆਂ ਜਿਹੜੀਆਂ ਇੰਡੀਵਿਜੁਅਲ ਕੰਪਨੀਜ਼ ਹੁੰਦੀਆਂ ਆ ਜਾਂ ਅਦਾਰੇ ਹੁੰਦੇ, ਉਹ ਡੁੱਬ ਜਾਂਦੇ। ਸਰਕਾਰਾਂ ਦਾ ਕਈ ਵਾਰੀ ਨੁਕਸਾਨ ਆਪਣਾ ਖੁਦ ਜਿਹੜਾ ਘੱਟ ਹੁੰਦਾ ਆ, ਜਿਹੜੇ ਇੰਡੀਵਿਜੁਅਲ ਜਿਹੜੇ ਆ ਅਦਾਰੇ ਹੈਗੇ ਆ ਸੰਸਥਾਵਾਂ ਜਾਂ ਨਿੱਜੀ ਤੌਰ ਦੇ ਉੱਤੇ ਲੋਕ ਉਹ ਬੈਂਕਰਪਸੀਆਂ ਜਿਹੜੀਆਂ ਆ ਉਹ ਕਰ ਜਾਂਦੇ ਆ। ਅਤੇ ਉਹ ਜਿਵੇਂ ਕਿ ਹੁਣ ਬਹੁਤ ਸਾਰੇ ਬਿਜ਼ਨਸ ਜਿਹੜੇ ਆ ਬੰਦ ਹੋਏ ਆ। ਆਪਾਂ ਪਿਛਲੇ ਮਹੀਨੇ ਜਿਹੜੀ ਰਿਪੋਰਟ ਆਈ ਸੀ ਕਿ 14,000 ਬਿਜ਼ਨਸ ਦਾ ਜਿਹੜਾ BC ਇਕੱਲੇ ਸੂਬੇ ਵਿੱਚ ਬੰਦ ਹੋਇਆ ਜੀ, ਪੂਰੇ ਕੈਨੇਡਾ 'ਚ ਕਿੰਨੇ ਬੰਦ ਹੋਏ ਹੋਣਗੇ, ਪੂਰੀ ਦੁਨੀਆ 'ਚ ਕਿੰਨੇ ਬੰਦ ਹੋਏ ਹੋਊਗੇ। ਉਹਨਾਂ ਲੋਕਾਂ ਨੇ ਹੁਣ ਰੋਟੀ ਕਿੱਥੋਂ ਖਾਣੀ ਸ਼ੁਰੂ ਕੀਤੀ ਹੈ, ਇੱਕ ਵੱਡੇ ਸਵਾਲ ਨੇ ਹੈਗੇ ਆ ਜੀ। ਉਹ ਜਿਹੜੇ ਫਿਰ ਬਿਜ਼ਨਸ ਬੰਦ ਹੋਇਆ, ਕਦੀ ਮੁੜ ਕੇ ਸ਼ਾਇਦ ਖੋਲ੍ਹਣ, ਸ਼ਾਇਦ ਨਾ ਖੋਲ੍ਹਣ, ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਕਰਮਚਾਰੀ ਕੰਮ ਕਰਦੇ ਸੀ, ਉਹਨਾਂ ਦੇ ਜੀਵਨ ਕਿਸ ਢੰਗ ਨਾਲ ਚੱਲ ਰਹੇ ਆ, ਉਹ ਕੁਛ ਨਾ ਕੁਛ ਜਿਹੜਾ ਉਹਦਾ ਪ੍ਰਭਾਵ ਉਹਦਾ ਪੈਂਦਾ ਹੈਗਾ। ਅਤੇ ਵੈਨਕੂਵਰ ਦੇ ਵਿੱਚ ਕਹਿੰਦੇ ਜਿਹੜਾ ਟਰੰਪ ਹੋਟਲ ਉਹ ਵੀ ਬੰਦ ਹੋ ਰਿਹਾ। ਵੈਨਕੂਵਰ ਦੇ ਵਿੱਚ ਜਿਹੜਾ ਟਰੰਪ ਹੋਟਲ ਜਦੋਂ ਤੋਂ ਬਣਿਆ ਜੀ, ਉਦੋਂ ਤੋਂ ਵਿਵਾਦਾਂ ਦੇ ਵਿੱਚ ਇਹ ਰਿਹਾ ਜੀ। ਜਦੋਂ ਇਹ ਟਰੰਪ ਦਾ ਨਾਂ ਲੱਗ ਕੇ ਹੋਟਲ ਬਣਿਆ, ਹਾਲਾਂਕਿ ਇਮਾਰਤ ਬੜੀ ਆਲੀਸ਼ਾਨ ਆ, ਜਦੋਂ ਤੁਸੀਂ ਅੰਦਰ ਵੜਦੇ ਆ ਜੀ, ਜੋਰਜੀਆ ਸਟਰੀਟ ਵੈਸਟ ਦੇ ਉੱਤੇ ਸਥਿਤ ਹੈਗਾ, ਅਤੇ ਇੱਕ ਵਾਰੀ ਮੂੰਹ ਦੇ ਵਿੱਚੋਂ ਨਿਕਲਦਾ ਆ ਸੱਚੀ ਵਾਹ ਕਿਆ ਖੂਬਸੂਰਤੀ ਬਣਾਈ ਆ, ਹੈ ਨਾ। ਇਮਾਰਤ ਜਿਹੜੀ ਆ ਗਗਨ ਚੁੰਬੀ ਇਮਾਰਤ ਆ, ਅਤੇ ਉਹਦਾ ਡਿਜ਼ਾਇਨ ਕੁਝ ਇਸ ਤਰ੍ਹਾਂ ਦਾ ਹੈਗਾ ਆ ਕਿ ਥੱਲਿਓਂ ਸ਼ੁਰੂ ਹੋ ਕੇ ਉੱਪਰੋਂ ਜਾ ਕੇ ਘੁੰਮ ਜਾਂਦੀ ਹੈ ਜੀ। ਅਤੇ ਪਹਿਲਾਂ ਤਾਂ ਬੰਦਾ ਬਾਹਰ ਖੜ੍ਹ ਕੇ ਇਹੀ ਦੇਖਦਾ ਰਹਿੰਦਾ ਵੀ ਇਹ ਖੜ੍ਹੀ ਕਿੱਦਾਂ ਹੋਊਗੀ, ਹੈ ਨਾ। ਉਸ ਤੋਂ ਬਾਅਦ ਦੇ ਵਿੱਚ ਆਹਲਾ ਡਿਜ਼ਾਇਨਿੰਗ ਇਹਦੇ ਵਿੱਚ ਕੀਤੀ ਗਈ ਆ, ਬਹੁਤ ਮਹਿੰਗਾ ਜਿਹੜਾ ਜੀ ਸਮਾਨ ਲਾਇਆ ਗਿਆ ਆ, ਅਤੇ ਉੱਥੇ ਰਹਿਣਾ ਜਿਹੜਾ ਆ, ਉੱਥੇ ਚਾਹ ਦਾ ਕੱਪ ਪੀਣਾ ਵੀ ਬਹੁਤ ਮਹਿੰਗਾ ਹੈਗਾ ਜੀ। ਅਤੇ ਉਹ ਉਸ ਵੇਲੇ ਜੇ ਕੋਈ ਟਰੰਪ ਦਾ ਨਾਂ ਜੁੜਿਆ ਸੀਗਾ, 2017 'ਚ ਇਹਦੀ ਓਪਨਿੰਗ ਹੋਈ ਆ, ਤਾਂ ਉਸੇ ਵੇਲੇ ਮਜ਼ਾਰੇ ਸ਼ੁਰੂ ਹੋ ਗਏ ਸੀ ਵੀ ਟਰੰਪ ਦਾ ਨਾਂ ਜਿਹੜਾ ਆ ਇੱਥੋਂ ਲਾਹੌਰ ਜਿਹੜਾ ਇਹਦਾ ਵੈਨਕੂਵਰ ਟਰੰਪ ਟਾਵਰ ਨਾਂ ਰੱਖਿਆ, ਜੇ ਟਰੰਪ ਦਾ ਨਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਟਰੰਪ ਨੂੰ ਲੋਕ ਜਿਹੜੇ ਆ ਉਹ ਕੈਨੇਡਾ ਵਿੱਚ ਬਹੁਤ ਵੱਡੀ ਗਿਣਤੀ ਆ ਜਿਹੜੀ ਕਿ ਸੱਜੇ ਪੱਖੀ ਸਮਝਦੀ ਆ, ਉਹਨੂੰ ਵੰਡ ਪਾਊ ਸਮਝਦੀ ਆ, ਉਹਨੂੰ ਸਮਾਜ ਨੂੰ ਖਰਾਬ ਕਰਨ ਵਾਲਾ ਸਮਝਦੀ ਆ। ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਕਰੋਨਾ ਦਾ ਜਿਹੜਾ ਜੀ ਪ੍ਰਕੋਪ ਸ਼ੁਰੂ ਹੋ ਗਿਆ, ਅਤੇ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜੀ ਉਹ ਮੁੜ ਕੇ ਜਿਹੜਾ ਇਹ ਟਰੰਪ ਟਾਵਰ ਸੀਗਾ ਉਹ ਟੈਂਪਰੇਰੀ ਤੌਰ ਦੇ ਉੱਤੇ, ਆਰਜ਼ੀ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ। ਹੁਣ ਪਤਾ ਲੱਗਾ ਕਿ ਜਿਹੜੀ ਕੰਪਨੀ ਹੁਣ ਇਸ ਨੂੰ ਚਲਾ ਰਹੀ ਸੀ ਕਿ ਪਿੱਛੋਂ ਉਹੀ ਬੈਂਕਰਪਸੀ ਜਿਹੜੀ ਆ ਜੀ ਉਹ ਕਰਨ ਲੱਗੀ, ਇਹਦੇ ਬਾਰੇ ਅੱਜ ਅੱਡ ਰਿਪੋਰਟਸ ਜਿਹੜੀਆਂ ਆ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਆਈਆਂ ਹੈਗੀਆਂ ਆ। ਅਤੇ ਹੁਣ ਇਹ ਤਾਂ ਹੈ ਨਹੀਂ ਗਾ ਕਿ ਵੀ ਜੇ ਇੱਕ ਕੰਪਨੀ ਪਿੱਛੇ ਹਟ ਜਾਣੀ ਹੈ ਤਾਂ ਐਡੀ ਵੱਡੀ ਇਮਾਰਤ ਜਿਹੜੀ ਉਹ ਖੜ੍ਹੀ ਰਹਿ ਜਾਣੀ ਹੈ। ਮੇਰਾ ਅਗਲਾ ਸਵਾਲ ਇਹ ਸੀ ਵੀ ਜਿਹੜੀ ਹੁਣ ਇਮਾਰਤ ਆ ਇੰਨੀ ਸੋਹਣੀ, ਇਹਦਾ ਕੀ ਬਣੂਗਾ? ਇਹ ਕੋਈ ਹੋਰ ਕੰਪਨੀ ਜਿਹੜੀ ਹੈ ਜੀ ਵੱਡੀ ਉਹ ਇਹਨੂੰ ਚਲਾ ਲਊਗੀ, ਜਿਵੇਂ ਕਿ ਹੁਣ 4 ਸੀਜ਼ਨ ਹੋਟਲ ਜਿਹੜੀ ਆ ਚੇਨ ਬਹੁਤ ਵੱਡੀ ਆ ਨੌਰਥ ਅਮਰੀਕਾ ਦੇ ਵਿੱਚ, ਉਹ ਗੱਲਬਾਤ ਚਲਾ ਰਹੇ ਹੈਗੇ ਆ ਕਿ ਅਸੀਂ ਟੇਕ ਓਵਰ ਕਰ ਲੈਂਦੇ ਹਾਂ, ਕਿਉਂਕਿ ਇਹ ਜਿਹੜੀ ਇਮਾਰਤ ਦੇ ਵਿੱਚ ਇਕੱਲਾ ਹੋਟਲ ਨਹੀਂ ਹੈਗਾ, ਇਹਦੇ ਵਿੱਚ ਥੋੜ੍ਹੇ ਜਿਹੇ ਆਫਿਸਿਸ ਵੀ ਹੈਗੇ ਆ, ਅਤੇ ਉੱਪਰ ਜਾ ਕੇ ਇਹਦੀਆਂ ਵੱਡੀਆਂ ਅਪਾਰਟਮੈਂਟਸ ਵੀ ਹੈਗੀਆਂ ਆ, ਉੱਪਰ ਲੋਕ ਰਹਿੰਦੇ ਆ ਜਿਹੜੇ ਪੱਕੇ ਤੌਰ ਦੇ ਉੱਤੇ ਨੇ, ਲੋਕਾਂ ਨੇ ਜਿਹੜੀਆਂ ਸਵੀਟਸ ਹੈਗੀਆਂ ਆ ਜਾਂ ਕਹਿ ਲਓ ਵੀ ਵੱਡੇ ਜਿਹੜੇ ਬਹੁਤ ਵਧੀਆ ਵਧੀਆ ਫਲੈਟ ਜਿਹੜੇ ਉੱਪਰ ਆ ਉਹ ਬਾਏ ਕੀਤੇ ਹੋਏ ਆ। ਅਸਲ ਦੇ ਵਿੱਚ ਇਹ ਵੀ ਇੱਕ ਗੱਲ ਕਿ ਜਿਨ੍ਹਾਂ ਨੇ ਇਹ ਇਮਾਰਤ ਉਸਾਰੀ ਸੀਗੀ ਅਤੇ ਇਹਦੇ ਨਾਲ ਇਹਨਾਂ ਦੇ ਨੂੰ ਮੋਰਗੇਜ ਦੇਣ ਵਾਲੇ ਅਤੇ ਇਹਨਾਂ ਦੇ ਜਿਹੜੇ ਡਿਵੈਲਪਰ ਸੀਗੇ ਉਹਨਾਂ ਦੇ ਵੀ ਕਈ ਆਪਸੀ ਜਿਹੜੇ ਮੁਕੱਦਮੇ ਆ ਇੱਥੇ ਲੋਕਲ ਸਿਵਲ ਅਦਾਲਤਾਂ ਦੇ ਵਿੱਚ ਚੱਲ
ਇਮਾਰਤ ਇਮਾਰਤ ਜਿਹੜੀ ਆ ਅਤੇ ਉਹਦੇ ਵਿੱਚ ਐਲੀਵੇਟਰ ਉੱਪਰ ਜਾਣ ਨੂੰ ਜਿਹੜੀ ਆ ਪ੍ਰੋਬਲਮ ਆ ਰਹੀ ਸੀਗੀ ਇੱਥੋਂ ਤੱਕ ਕਿ ਦਿਖਾਇਆ ਸੀਗਾ ਕਈ ਲੋਕ ਜਿਹੜੇ ਉੱਪਰ ਰਹਿ ਰਹੇ ਉਹ ਕਹਿੰਦੇ ਵੀ ਜਦੋਂ ਕਿਤੇ ਹਵਾ ਚੱਲਦੀ ਆ ਟੱਬ ਭਰਿਆ ਆ ਤਾਂ ਪਾਣੀ ਹਿੱਲਦਾ ਆ ਬਹੁਤ ਯਾਨੀ ਕਿ ਉਹ ਇਮਾਰਤ ਬਣਾਈ ਇਸ ਤਰ੍ਹਾਂ ਨਾਲ ਫਲੈਕਸੀਬਲ ਹੈ ਉਹ ਡਿੱਗ ਨਹੀਂ ਸਕਦੀ ਅਰਥਕੁਏਕ ਦੇ ਉੱਤੇ ਉਹਦਾ ਕੋਈ ਅਸਰ ਨਹੀਂ ਹੋਣਾ ਪਰ ਉਹ ਬਣਾਈ ਇਸ ਤਰ੍ਹਾਂ ਆ ਕਿ ਜੇ ਬਹੁਤੀ ਹਵਾ ਤੇਜ਼ ਚੱਲੇ ਜਾਂ ਕੋਈ ਅਰਥਕੁਏਕ ਛੋਟਾ ਮੋਟਾ ਆਉਂਦਾ ਤਾਂ ਮਾੜੀ ਮੋਟੀ ਮੂਵ ਕਰ ਜਾਵੇ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਇਮਾਰਤਾਂ ਇਸ ਤਰ੍ਹਾਂ ਹੀ ਬਣਾਈਆਂ ਜਾਂਦੀਆਂ ਫਲੈਕਸੀਬਿਲਟੀ ਰੱਖ ਕੇ ਇੱਥੋਂ ਤੱਕ ਕਿ ਜਿਵੇਂ ਆਪਣਾ ਹੁਣ ਐਲਕਸਪ੍ਰੈਸ ਬ੍ਰਿਜ ਬਣਿਆ ਆ ਗੋਲਡਨ ਈਅਰਸ ਬ੍ਰਿਜ ਬਣਿਆ ਆ ਇਹ ਵੀ ਇਸੇ ਤਰ੍ਹਾਂ ਲਟਕਾ ਕੇ ਤਾਰਾਂ ਦੇ ਉੱਤੇ ਤਾਂ ਹੀ ਬਣਾਏ ਗਏ ਹੈਗੇ ਆ ਕਿ ਜੇ ਕੋਈ ਅਰਥਕੁਏਕ ਆਉਂਦਾ ਜਾਂ ਤੇਜ਼ ਕੋਈ ਹਵਾਵਾਂ ਚੱਲਦੀਆਂ ਆ ਬ੍ਰਿਜ ਨਾ ਇੱਧਰ ਉੱਧਰ ਹੋਵੇ ਤਾਰਾਂ ਦੇ ਉੱਤੇ ਝੂਲ ਕੇ ਹਟ ਜਾਵੇ ਨਵੀਂ ਟੈਕਨੋਲੋਜੀ ਹੈ ਜੀ ਸੋ ਪਹਿਲਾਂ ਤੋਂ ਕਾਫੀ ਚਰਚਾ ਦੇ ਵਿੱਚ ਰਿਹਾ ਆ ਹਾਲ ਦੀ ਘੜੀ ਹੁਣ ਬੰਦ ਹੋ ਗਿਆ ਆ ਬੈਂਕਰਪਸੀ ਕੰਪਨੀ ਕਰਕੇ ਬਾਹਰ ਚਲੀ ਵੀ ਗਈ ਤਾਂ ਇੱਕ ਹੋਰ ਹੋਟਲਾਂ ਦੀ ਚੇਨ ਜਿਹੜੀ ਹੈ ਇਹਨੂੰ ਚਲਾ ਸਕਦੀ ਆ ਪਰ ਇੰਨਾ ਜ਼ਰੂਰ ਆ ਕਿ ਟਰੰਪ ਸਾਹਿਬ ਦਾ ਨਾਂ ਜਿਹੜਾ ਜੀ ਉਹ ਵੈਨਕੂਵਰ ਡਾਊਨ ਦੀ ਜੋਰਜੀਆ ਸਟੇਟ ਤੋਂ ਜਿਹੜਾ ਉਹ ਲੈ ਜਾਊਗਾ ਵਾਕਈ ਵੈਸੇ ਸਮੇਂ ਸਮੇਂ ਦੀ ਗੱਲ ਆ ਕਿਸੇ ਵੇਲੇ ਬਜ਼ੁਰਗ ਪਿੰਡ ਤੋਂ ਸ਼ਹਿਰ ਜਾ ਕੇ ਗੱਡੀ ਦੇ ਕੇ ਆਉਂਦੇ ਸੀ ਪਿੰਡ ਆ ਕੇ ਗੱਲਾਂ ਕਰਦੇ ਸੀ ਵੀ ਸ਼ਹਿਰ ਗੱਡੀ ਗਾਡਰਾਂ 'ਤੇ ਚੱਲਦੀ ਆ ਹਾਂਜੀ ਲੋਕ ਮੰਨਦੇ ਨਹੀਂ ਸੀ ਔਰ ਇਹ ਗੱਲ ਜਿਹੜੀ ਤੁਸੀਂ ਆ ਹੋਟਲ ਬਾਰੇ ਦੱਸ ਰਹੇ ਇਹ ਵੀ ਇਸੇ ਤਰ੍ਹਾਂ ਦੀ ਲੱਗਦੀ ਆ ਬਿਲਕੁਲ ਜਿਹੜੀ ਗੱਲ ਦਾ ਵਾਹ ਨਹੀਂ ਪੈਂਦਾ ਹੈਗਾ ਜਦੋਂ ਕਈ ਵਾਰੀ ਪੈਂਦਾ ਫਿਰ ਜਦੋਂ ਖੁਦ ਦੇਖਦਾ ਆ ਜਾ ਕੇ ਫਿਰ ਗੱਲਾਂ ਦਾ ਪਤਾ ਲੱਗਦਾ ਤਾਂ ਖੂਹ ਦਾ ਡੱਡੂ ਵਾਲੀ ਗੱਲ ਹੋ ਜਾਂਦੀ ਹੈ ਜੀ ਕਈ ਵਾਰੀ ਇੱਕ ਵਾਰੀ ਕੋਈ ਇੱਦਾਂ ਬੰਦਾ ਗੱਲ ਸੁਣਾਉਂਦਾ ਸੀ ਕਹਿੰਦਾ ਵੀ ਜਦੋਂ ਸਾਈਕਲ ਹਜੇ ਪਿੰਡਾਂ ਦੇ ਵਿੱਚ ਆਮਦ ਨਹੀਂ ਹੋਈ ਸੀਗੀ ਵੀ ਕਿਸੇ ਕਿਸੇ ਕੋਲ ਹੁੰਦਾ ਸੀਗਾ ਵੀ ਸਭ ਤੋਂ ਪਹਿਲਾਂ ਫੌਜੀ ਜਿਹੜੇ ਆ ਵੀਰ ਇਹ ਸਾਈਕਲ ਲੈ ਕੇ ਆਏ ਸੀ ਪਿੰਡਾਂ ਦੇ ਵਿੱਚ ਅੱਛਾ ਜੀ ਉਹ ਬੰਦੇ ਪੁਲ 'ਤੇ ਬੈਠੇ ਸੀਗੇ ਚਾਰ ਜਣੇ ਤਾਸ਼ ਖੇਡਦੇ ਸੀਗੇ ਤਾਂ ਕੋਲੋਂ ਕੋਈ ਬੰਦਾ ਜਿਹੜਾ ਸਾਈਕਲ 'ਤੇ ਲੰਘਿਆ ਜੀ ਉਹਨਾਂ ਨੂੰ ਸਮਝ ਨਹੀਂ ਆਈ ਹੈਗੀ ਵੀ ਇਹ ਹੈ ਕੀ ਬੰਦਾ ਸ਼ੁਰੂ ਕਰਕੇ ਲੰਘ ਗਿਆ ਸਾਈਕਲ 'ਤੇ ਉਹ ਪਿੰਡ ਕਹਿੰਦੇ ਜਾ ਕੇ ਗੱਲਾਂ ਕਰਨ ਕਹਿੰਦੇ ਵੀ ਜਾਨਵਰ ਸੀਗਾ ਕੋਈ ਉਹਨੇ ਬੰਦਾ ਫੜਿਆ ਸੀਗਾ ਬੰਦੇ ਨੇ ਬੜੇ ਹੱਥ ਪੈਰ ਮਾਰੇ ਕਹਿੰਦਾ ਸੂਤੇ ਨਹੀਂ ਆਇਆ ਕਹਿੰਦਾ ਉਹਦਾ ਧੂਕੇ ਲੈ ਗਿਆ ਸੋ ਬਾਅਦ 'ਚ ਗੱਲਾਂ ਪਤਾ ਲੱਗੀਆਂ ਵੀ ਇਹਨੂੰ ਸਾਈਕਲ ਕਹਿੰਦੇ ਆ ਉਹਨਾਂ ਦੀ ਆਬਜ਼ਰਵੇਸ਼ਨ ਠੀਕ ਸੀ ਅਸੀਂ ਅਮਰੀਕਾ ਦੀ ਗੱਲ ਕਰ ਰਹੇ ਹਾਂ ਉੱਥੇ ਪਤਾ ਲੱਗਿਆ ਕੋਈ ਮੁੰਡੇ ਟਾਈਮ ਪਾ ਕੇ ਲੜ ਰਹੇ ਆ ਇਹ ਕੌਣ ਆ ਜੀ ਇਹ ਜਿਹੜੀ ਲੜਾਈ ਆ ਜੀ ਆਸਟ੍ਰੇਲੀਆ ਤੋਂ ਇਹ ਚਿੰਜੜੀ ਛਿੜੀ ਆ ਅਤੇ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਉੱਥੋਂ ਇਹ ਫਲਾਈ ਕਰਕੇ ਅਮਰੀਕਾ ਪਹੁੰਚ ਗਈ ਹੈ ਜੀ ਇਹ ਕਿਹੋ ਜਿਹੀ ਲੜਾਈ ਜੀ ਲੜਾਈ ਇਸ ਤਰ੍ਹਾਂ ਕਿ ਪਤਾ ਲੱਗਾ ਕਿ 15 ਅਗਸਤ ਤੋਂ ਸ਼ੁਰੂ ਹੋਈ ਆ ਲੜਾਈ ਜੀ ਭਾਰਤ ਦੇ ਆਜ਼ਾਦੀ ਦਿਵਸ ਤੋਂ ਅੱਜ ਕੱਲ੍ਹ ਪਵਾੜੇ ਪਾਉਣ ਨੂੰ ਬਹੁਤ ਥਾਂ ਹੈਗੇ ਆ ਜੀ ਟਿਕਟੋਕ ਦੇ ਉੱਤੇ ਜਿੰਨਾ ਮਰਜ਼ੀ ਲੜ ਲਓ ਤੁਸੀਂ ਅੱਛਾ ਜੀ ਇੰਸਟਾਗ੍ਰਾਮ ਦੇ ਉੱਤੇ ਜਿੰਨਾ ਮਰਜ਼ੀ ਪੰਗਾ ਲੈ ਲਓ ਆਪਣੇ ਗਾਇਕ ਲੜੀ ਜਾਂਦੇ ਆਪਣੇ ਪ੍ਰਚਾਰਕ ਲੜੀ ਜਾਂਦੇ ਬਿਲਕੁਲ ਜੀ ਬਿਲਕੁਲ ਹੈ ਨਾ ਵੀ ਹੁਣ ਤਾਂ ਕਹਿੰਦੇ ਵੀ ਕਿਤੇ ਸਿੰਘ ਫਸਾਉਣ ਦੀ ਲੋੜ ਹੀ ਹੈ ਨਹੀਂ ਗੀ ਅਤੇ ਤੁਸੀਂ ਸਿੰਘਾਂ ਨੂੰ ਤੇਲ ਲਾ ਕੇ ਰੱਖੋ ਅਤੇ ਮਾੜਾ ਜਿਹਾ ਅੱਗੇ ਕਰੋ ਕੋਈ ਨਾ ਕੋਈ ਫਸ ਪੈਂਦਾ ਹੈ ਨਾ ਅਤੇ ਉਹ ਗੱਲ ਜਿਹੜੀ ਉਹ ਹੁਣ ਜਿਹੜੀ ਆਸਟ੍ਰੇਲੀਆ ਦੇ ਵਿੱਚ ਸਿਡਨੀ ਦੇ ਵਿੱਚ ਗੱਲ ਸ਼ੁਰੂ ਹੋਈ ਖਾਲਿਸਤਾਨ ਜਿੰਦਾਬਾਦ ਅਤੇ ਹਿੰਦੁਸਤਾਨ ਜਿੰਦਾਬਾਦ ਕਹਿਣ ਤੋਂ ਅੱਛਾ ਜੀ ਉੱਥੋਂ ਫਿਰ ਚੱਕਰ ਚੱਲਿਆ ਜੀ ਉੱਥੇ ਫਿਰ ਟਾਈਮ ਪਾ ਲਿਆ ਗਿਆ ਟਾਈਮ ਪਾ ਕੇ ਸਿਡਨੀ ਦੇ ਵਿੱਚ ਅੱਛਾ ਜੀ 2 ਦਿਨਾਂ ਦੇ ਨੌਜਵਾਨ ਜਿਹੜੇ ਆ ਜੀ ਉਹ ਇਕੱਠੇ ਹੋ ਕੇ ਆਏ ਆ ਉਹਦੇ ਵਿੱਚ ਜਿਹੜੀ ਹੁਣ ਟਿਕਟੋਕ ਦੇ ਉੱਤੇ ਜਾਂ ਇੰਸਟਾਗ੍ਰਾਮ ਤੋਂ ਵੀਡੀਓਜ਼ ਆ ਰਹੀਆਂ ਆ ਉਹ 'ਚ ਲੜਾਈ ਹੋਈ ਆ ਕੁਛ ਨੌਜਵਾਨਾਂ ਦੇ ਜਿਹੜੀਆਂ ਸੱਟਾਂ ਵੀ ਲੱਗੀਆਂ ਆ ਉਸ ਤੋਂ ਬਾਅਦ ਵਿੱਚ ਕੀ ਹੋਇਆ ਕਿ ਇੱਕ ਕੈਲੀਫੋਰਨੀਆ ਤੋਂ ਇਸ ਤਰ੍ਹਾਂ ਵੀਡੀਓ ਪੈਣ ਲੱਗ ਪਈਆਂ ਟਿਕਟੋਕ ਦੇ ਉੱਤੇ ਕੁਝ ਹਰਿਆਣਵੀ ਨੌਜਵਾਨ ਜਿਹੜੇ ਹੈਗੇ ਆ ਜੀ ਉਹ ਉਹਨਾਂ ਨੇ ਜਿਹੜੀ ਆਸਟ੍ਰੇਲੀਆ ਦੇ ਵਿੱਚ ਮੈਂ ਇੱਕ ਗੱਲ ਜ਼ਿਕਰ ਕਰਨਾ ਭੁੱਲ ਗਿਆ ਕਿ ਉਹ ਲੜਾਈ ਵੀ ਹਰਿਆਣਵੀ ਆ ਅਤੇ ਪੰਜਾਬੀਆਂ ਦੇ ਵਿਚਾਲੇ ਹੋਈ ਹੈ ਜੀ ਅੱਛਾ ਜੀ ਅਤੇ ਜਿਹੜੀ ਇਹ ਅਮਰੀਕਾ ਦੇ ਵਿੱਚ ਹੁਣ ਟਾਈਮ ਪਾਇਆ ਗਿਆ ਅੱਜ ਫਰਿਜ ਅੱਜ ਸ਼ਾਮ ਦਾ ਫਰਿਜ ਨੂੰ ਟਾਈਮ ਦੱਸਿਆ ਜਾ ਰਿਹਾ ਅੱਛਾ ਜੀ ਲੜਨਾ ਆ ਉੱਥੇ ਅਤੇ ਉਹ ਜਿਹੜਾ ਨੌਜਵਾਨ ਹੈਗਾ ਉਹ ਵੀ ਹਰਿਆਣਵੀ ਹੈਗਾ ਆ ਉਹ ਹਰਿਆਣਵੀ ਬੋਲੀ ਬੋਲ ਕੇ ਜਿਹੜਾ ਜੀ ਉਹ ਗਾਲਾਂ ਵੀ ਕੱਢ ਰਿਹਾ ਆ ਚੈਲੰਜ ਵੀ ਕਰ ਰਿਹਾ ਆ ਅਤੇ ਦੂਜੇ ਪਾਸੇ ਉਹਦਾ ਜਵਾਬ ਜਿਹੜਾ ਪੰਜਾਬੀ ਦੇ ਵਿੱਚ ਦਿੱਤਾ ਜਾ ਰਿਹਾ ਆ ਅਤੇ ਹੁਣ ਫਰਿਜ ਨੂੰ ਸ਼ਹਿਰ ਦੇ ਵਿੱਚ ਇਹ ਲੜਾਈ ਕਿਸ ਸਿਰੇ ਜਾਂਦੀ ਹੈ ਜਾਂ ਪੁਲਿਸ ਜਾਂ ਭਾਈਚਾਰਾ ਕਿਸ ਤਰ੍ਹਾਂ ਸਿਆਣੇ ਵਿੱਚ ਵਰਤ ਕੇ ਇਹਨੂੰ ਸੰਜਮ ਦੇ ਨਾਲ ਰੋਕ ਲੈਂਦੇ ਆ ਇਹ ਹੁਣ ਦੇਖਣ ਵਾਲੀ ਗੱਲ ਹੁੰਦੀ ਆ ਹੁਣ ਗੱਲ ਕੀ ਹੈ ਕਿ ਇੱਥੇ ਕਾਨੂੰਨ ਹੈਗਾ ਆ ਜੀ ਜੀ ਜੇ ਕੋਈ ਗਲਤ ਬੰਦਾ ਗੱਲ ਕਰਦਾ ਆ ਤੁਹਾਨੂੰ ਭੜਕਾਉਂਦਾ ਆ ਤੁਸੀਂ ਉੱਥੇ ਉਸ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰ ਸਕਦੇ ਆ ਬਿਲਕੁਲ ਪੜ੍ਹੇ ਲਿਖੇ ਲੋਕ ਇੱਥੇ ਬਹੁਤ ਆ ਮੈਨੂੰ ਲੱਗਦਾ ਕਿ ਸੰਜਮ ਤੋਂ ਸਬਰ ਤੋਂ ਕੰਮ ਲੈਣਾ ਚਾਹੀਦਾ ਆ ਜੇ ਕੋਈ ਭੜਕਾਉਂਦਾ ਤਾਂ ਉਹਦੇ ਨਾਲ ਉਸ ਹਿਸਾਬ ਨਾਲ ਕਾਨੂੰਨ ਦੇ ਨਾਲ ਸਿੱਝਣਾ ਚਾਹੀਦਾ ਆ ਬਜਾਏ ਕਿ 2-3 ਆਪਸ ਵਿੱਚ ਲੜਨ ਉਹਦੇ ਵਿੱਚ ਫਿਰ ਸਾਰਿਆਂ ਦਾ ਅਕਸ ਜਿਹੜਾ ਆ ਜੀ ਉਹ ਵਿਗੜਦਾ ਆ ਅਤੇ ਜੇ ਜੇ ਨੌਜਵਾਨ ਆ ਉਹ ਵੀ ਉਹਨਾਂ ਨੂੰ ਵੀ ਸਿਆਣੇ ਬਣਨਾ ਚਾਹੀਦਾ ਕਿ ਇਹੋ ਜਿਹੀ ਲੜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਆ ਅਤੇ ਹੁਣ ਭਾਈਚਾਰੇ ਦੇ ਉੱਤੇ ਬਹੁਤ ਵੱਡੀ ਗੱਲ ਡਿਪੈਂਡ ਕਰਦੀ ਹੈ ਭਾਈਚਾਰੇ ਦੇ ਆਗੂਆਂ ਦੇ ਉੱਤੇ ਵੀ ਉਹ ਇਸ ਮਸਲੇ ਨੂੰ ਕਿਵੇਂ ਸੋਲਵ ਕਰਦੇ ਵਾਕਈ ਮਨੁੱਖਾਂ ਦੇ ਵਿੱਚ ਜਿਹੜਾ ਲੜਾਈ ਪਾਉਣ ਨੂੰ ਤਾਂ ਹਜ਼ਾਰ ਮੁੱਦਾ ਆ ਤੁਸੀਂ ਰੰਗ ਦੇ ਨਾਂ 'ਤੇ ਲੜ ਸਕਦੇ ਹਾਂ ਤੁਸੀਂ ਧਰਮ ਦੇ ਨਾਂ 'ਤੇ ਲੜ ਸਕਦੇ ਹੋ ਤੁਸੀਂ ਜਾਤ ਦੇ ਨਾਂ 'ਤੇ ਲੜ ਸਕਦੇ ਆਹ ਨਵਾਂ ਜਿਹੜਾ ਤੁਸੀਂ ਹਰਿਆਣਾ 'ਚ ਪੰਜਾਬੀ ਪੰਜਾਬੀ ਜਿਹੜੇ ਅਸੀਂ ਸਾਡਾ ਖੂਨ ਆ ਜੀ ਹੁਣ ਹਰਿਆਣਵੀ ਤਾਂ ਪੰਜਾਬ 'ਚੋਂ ਨਿਕਲੇ ਆ ਇੱਕੋ ਹੀ ਗੱਲ ਆ ਜੀ ਦੋ ਭਰਾ ਬੈਠੇ ਸੀਗੇ ਖੂਹ 'ਤੇ ਬੈਠੇ ਸੀ ਵਿਹਲੇ ਹੈ ਨਾ ਅਤੇ ਵਿਹਲੇ ਬੈਠੇ ਬੈਠੇ ਕਹਿੰਦੇ ਚੱਲ ਆਪਾਂ ਖੇਡਦੇ ਹਾਂ ਕੁਛ ਅਤੇ ਉਹਨੇ ਇੱਕ ਨੇ ਜਦੋਂ ਲੀਕ ਮਾਰਤੀ ਰੇਤੇ ਦੇ ਵਿੱਚ ਕਹਿੰਦਾ ਆਪਾਂ ਵੱਟ ਪਾਤੀ ਆ ਪਰਲੇ ਪਾਸੇ
ਠੀਕ ਹੈ। ਸੋ ਗੱਲਾਂ ਹੈ ਜੀ, ਅਸੀਂ ਗੱਲਾਂ ਗੱਲਾਂ 'ਚ ਲੜਨ ਵਾਲੇ ਹੈਗੇ ਹਾਂ ਅਤੇ ਪਰ ਗੱਲ ਹੈਗੀ ਬਸ ਥੋੜ੍ਹਾ ਜਿਹਾ ਸੋਝੀ ਆਉਣੀ ਚਾਹੀਦੀ ਹੈ, ਜਿਹੜੀਆਂ ਗੱਲਾਂ ਜ਼ਬਾਨ ਦੇ ਨਾਲ ਕਾਨੂੰਨ ਦੇ ਨਾਲ ਹੱਲ ਹੋ ਸਕਦੀਆਂ ਜੀ ਜੀ ਹੱਲ ਕਰ ਲੈਣੀਆਂ ਚਾਹੀਦੀਆਂ। ਨੌਰਥ ਕੋਰੀਆ ਤੋਂ ਜਿਹੜੇ ਕਿਮ ਜੋਂਗ ਆ ਉਹਨਾਂ ਬਾਰੇ ਕੀ ਖਬਰ ਆ ਰਹੀ? ਦੇਖੋ ਜੀ ਵੀ ਦੁਨੀਆਂ ਦੇ ਵਿੱਚ ਥੋੜ੍ਹੇ ਬੰਦੇ ਹੁੰਦੇ ਆ ਜਿਨ੍ਹਾਂ ਦੀ ਮੌਤ ਲਈ ਅਰਦਾਸਾਂ ਹੁੰਦੀਆਂ। ਹਾਂ, ਪੰਜਾਬ ਦੇ ਵਿੱਚ ਵੀ ਕੁਛ ਆਗੂ ਹੈਗੇ ਆ ਜਿਨ੍ਹਾਂ ਦੇ ਲੋਕੀ ਸੁੱਖਦੇ ਰਹਿੰਦੇ ਆ ਵੀ ਮਰ ਜਾਣ ਕਿਸੇ ਵੇਲੇ। ਇਹਦੇ ਕਿਮ ਜੋਂਗ ਜਿਹੜਾ ਹੈ ਜੀ ਉਹਦੇ ਵਾਸਤੇ ਸੁੱਖਣਾ ਚੁੱਕੀਆਂ ਜਾਂਦੀਆਂ ਰਹਿੰਦੀਆਂ ਵੀ ਮਰ ਗਿਆ ਮਰ ਗਿਆ, ਅਫਵਾਹਾਂ ਉਡਾ ਦਿੱਤੀਆਂ ਜਾਂਦੀਆਂ। ਇੱਕ ਵਾਰੀ ਨਹੀਂ, ਕਈ ਵਾਰੀ ਅਜਿਹਾ ਹੋ ਚੁੱਕਿਆ ਆ। ਹੁਣ ਬੰਦਾ ਮਾੜਾ ਜੀ, ਕੀ ਗੱਲ? ਬੰਦਾ ਜੀ ਕਹਿੰਦੇ ਆ, ਆਪਾਂ ਵਾਹ ਨਹੀਂ ਪਿਆ ਜੀ, ਹੈ ਨਾ, ਸਿੱਧਾ ਵਾਹ ਨਹੀਂ ਪਿਆ। ਜਿਹੜੀਆਂ ਗੱਲਾਂ ਸੁਣਦੇ ਹਾਂ ਜਿਹੜੇ ਉੱਥੋਂ ਦੇ ਲੋਕ ਨੇ ਨੌਰਥ ਕੋਰੀਆ ਦੇ, ਉਹ ਕਹਿੰਦੇ ਵੀ ਅਸੀਂ ਇਹਦੇ ਰਾਜ 'ਚ ਤੰਗ ਹਾਂ ਵੀ ਇਹ ਤਾਨਾਸ਼ਾਹ ਹੈਗਾ, ਡਿਕਟੇਟਰ ਹੈਗਾ ਆ। ਹੁਣ ਆਪਾਂ ਕਿਹੜਾ ਲੋਕਾਂ ਨੂੰ ਜਾ ਕੇ ਮਿਲੇ ਹਾਂ, ਮੀਡੀਆ ਕਹਿੰਦਾ ਉੱਥੋਂ ਜਿਹੜਾ ਬਾਹਰਲਾ ਆ ਉੱਥੋਂ ਦਾ ਮੀਡੀਆ ਤਾਂ ਉਹਦੀਆਂ ਸਿਫਤਾਂ ਕਰਦਾ ਆ। ਹੁਣ ਅੱਜ ਕੱਲ੍ਹ ਇਹ ਹੈ ਕਿ ਤੁਸੀਂ ਜਿਹੜੀ ਚੀਜ਼ ਬਾਰੇ ਆਪ ਨਹੀਂ ਤੁਸੀਂ ਜਾ ਕੇ ਖੋਜ ਕਰਦੇ, ਕਿਸੇ ਦੀ ਕਈ ਗੱਲ ਤੁਹਾਨੂੰ ਕਿਵੇਂ ਦਿਖਾਉਂਦੀ ਆ, ਵੈਸਟਰਨ ਮੀਡੀਆ ਤੁਹਾਨੂੰ ਕੀ ਦਿਖਾਉਂਦਾ, ਉਹਦੇ ਸਿਰ 'ਤੇ ਤੁਸੀਂ ਧਾਰਨਾ ਨਹੀਂ ਬਣਾ ਸਕਦੇ ਜਿਹਨੇ ਚਿਰ ਸਿੱਧਾ ਤੁਹਾਡਾ ਵਾਹ ਨਹੀਂ ਪੈਂਦਾ। ਉਹ ਚੰਗੇ ਮਾੜੇ ਦੀ ਗੱਲ ਛੱਡੀਏ, ਕਿਤੇ ਗੱਲ ਇਹ ਹੈਗੀ ਆ ਵੀ ਜਿਹੜੇ ਉੱਥੋਂ ਦੇ ਇੱਕ ਡਿਪਲੋਮੈਟ ਸੀਗੇ, ਉਹਨਾਂ ਨੇ ਨਿਊਯਾਰਕ ਪੋਸਟ ਨੂੰ ਕਹਿ ਦਿੱਤਾ ਵੀ ਇਹਦੀ ਸਿਹਤ ਬੜੀ ਖਰਾਬ ਆ ਅਤੇ ਬਹੁਤ ਜ਼ਿਆਦਾ ਬਿਮਾਰ ਹੈਗਾ ਅਤੇ ਕੋਮਾ ਦੇ ਵਿੱਚ ਹੈਗਾ ਜੀ। ਉਹਦੇ ਆਧਾਰ ਦੇ ਉੱਤੇ ਫਿਰ ਖਬਰਾਂ ਲੱਗ ਗਈਆਂ ਪੂਰੀ ਦੁਨੀਆ ਦੇ ਵਿੱਚ ਕਿ ਜਿਹੜਾ ਕਿਮ ਜੋਂਗ ਉਨ ਹੈਗਾ ਨੌਰਥ ਕੋਰੀਆ ਦਾ ਡਿਕਟੇਟਰ, ਵੀ ਤਾਂ ਜੀ ਹੁਣ ਜਾਣ ਵਾਲਾ ਹੀ ਆ ਬਸ, ਵੀ ਕੋਮਾ ਦੇ ਵਿੱਚ ਹੈਗਾ। ਹੁਣ ਉੱਥੋਂ ਦੀ ਜਿਹੜੀ ਫਿਰ ਨਿਊਜ਼ ਏਜੰਸੀ ਹੈਗੀ ਆ ਨੌਰਥ ਕੋਰੀਆ ਦੀ, ਉਹਨਾਂ ਨੇ ਬਕਾਇਦਾ ਉਹਦੀਆਂ ਫੋਟੋਆਂ ਅੱਜ ਜੀ ਵੀਡੀਓ ਜਿਹੜੀਆਂ ਆ ਕੱਢ ਕੇ ਅੱਡ ਅੱਡ ਆਪਣੀਆਂ ਏਜੰਸੀਆਂ ਨੂੰ ਭੇਜੀਆਂ ਆ, ਏ ਪੀ ਨੂੰ, ਐਸੋਸੀਏਟ ਪ੍ਰੈਸ ਨੂੰ ਵੀ ਭੇਜੀਆਂ ਆ। ਇੱਕ ਦੇ ਵਿੱਚ ਉਹ ਉੱਥੇ ਕੋਈ ਟਾਈਫੂਨ ਆ ਰਿਹਾ ਉਹਦੇ ਬਾਰੇ ਉਹ ਗੱਲਬਾਤ ਕਰ ਰਹੇ ਆ, ਇੱਕ ਦੇ ਵਿੱਚ ਉਹ ਸੁਨਾਮੀ ਦੇ ਸੋਰੀ ਜਿਹੜੇ ਆ ਕਰੋਨਾ ਦੇ ਪ੍ਰਬੰਧਾਂ ਬਾਰੇ ਜਿਹੜੀ ਆ ਗੱਲ ਕਰ ਰਹੇ ਆ ਜੀ। ਅਤੇ ਉਹਨਾਂ ਨੇ ਦੱਸਿਆ ਵੀ ਪੂਰੀ ਸਹੀ ਹਾਲਤ ਦੇ ਵਿੱਚ ਆ, ਤੰਦਰੁਸਤ ਹੈਗੇ ਆ। ਹੁਣ ਜਿਹੜੀਆਂ ਜੀ ਜਿਵੇਂ ਉਹ ਕਹਿੰਦੇ ਹੋਏ ਮੁੱਲਾ ਉਮਰ ਦੀ ਵੀਡੀਓ ਆ ਗਈ, ਅਸਾਮਾ ਬਿਨ ਲਾਦਨ ਦੀ ਵੀਡੀਓ ਆ ਗਈ, ਹੈ ਨਾ, ਅਤੇ ਉਹ ਮੁੜ ਕੇ ਉਹਦੀ ਜਵਾਰੀ ਦੀ ਵੀਡੀਓ ਆ ਗਈ ਅਲ ਜਵਾਰੀ ਦੀ, ਉਹ ਮੁੜ ਕੇ ਚੈੱਕ ਕਰਦੇ ਰਹਿੰਦੇ ਹੁੰਦੇ ਕਿ ਨਹੀਂ ਜੀ ਅਸਲੀ ਨਹੀਂ ਹੈਗੀ, ਇਹ ਪਹਿਲੀ ਆ, ਇਹਦੇ ਪਿੱਛੇ ਆਵਾਜ਼ ਭਰੀ। ਹੁਣ ਉੱਦਾਂ ਚੈੱਕ ਹੋ ਰਹੀ ਆ ਵੀ ਜਿਹੜੀ ਕਿਵੇਂ ਜਾਣ ਵਾਲੀ ਇਹ ਵੀਡੀਓ ਆ ਜਾਂ ਫੋਟੋਆਂ ਜਿਹੜੀਆਂ ਆਈਆਂ ਆ ਇਹ ਅਸਲੀ ਆ ਜਾਂ ਪੁਰਾਣੀਆਂ ਬਣਾ ਕੇ ਭੇਜ ਦਿੱਤੀਆਂ ਗਈਆਂ ਆ। ਹਲੇ ਵੀ ਮੰਨਣ ਨੂੰ ਕੋਈ ਤਿਆਰ ਨਹੀਂ ਵੀ ਉਹ ਜਿਹੜਾ ਕੋਮਾ ਦੇ ਵਿੱਚ ਨਹੀਂ ਹੈਗਾ, ਕਹਿੰਦੇ ਨਹੀਂ ਨਹੀਂ ਉਹ ਤਾਂ ਹੈ ਨਹੀਂ ਠੀਕ, ਵੀ ਉਹਨੇ ਮਰ ਜਾਣਾ ਆ ਛੇਤੀ, ਉਹ ਕਹੀ ਜਾਂਦਾ ਵੀ ਮੈਂ ਨੌਂਬਰ 9 ਆ। ਭਾਰਤ 'ਚ ਕਰੋਨਾ ਦੀ ਕੀ ਹਾਲਤ ਆ ਜੀ? ਭਾਰਤ ਵਿੱਚ ਕਰੋਨਾ ਦੀ ਹਾਲਤ ਦਿਨੋਂ ਦਿਨ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਜੀ। ਸਭ ਤੋਂ ਮਾੜਾ ਹਾਲ ਮਹਾਰਾਸ਼ਟਰ ਸੂਬੇ ਵਿੱਚ ਆ, ਜਿੱਥੇ ਇੱਕ ਬੰਬਈ ਸ਼ਹਿਰ ਸਭ ਤੋਂ ਵੱਧ ਪੀੜਿਤ ਦੱਸਿਆ ਜਾ ਰਿਹਾ ਆ। 23,000 ਦੇ ਕਰੀਬ ਮੌਤਾਂ ਇਕੱਲੇ ਮਹਾਰਾਸ਼ਟਰ ਦੇ ਵਿੱਚ ਹੋ ਚੁੱਕੀਆਂ ਆ। ਇਸ ਤੋਂ ਇਲਾਵਾ ਦਿੱਲੀ ਅਤੇ ਚੇਨਈ ਦੇ ਵਿੱਚ ਜਿੱਥੇ ਵੀ ਜਿੱਥੇ ਭੀੜ ਜ਼ਿਆਦਾ ਆ ਜੀ, ਉੱਥੇ ਉੱਥੇ ਕਰੋਨਾ ਜਿਹੜਾ ਆਪਣਾ ਜ਼ਿਆਦਾ ਅਸਰ ਦਿਖਾ ਰਿਹਾ ਆ। ਅਮਰੀਕਾ ਦੇ ਵਿੱਚ 25 ਜੁਲਾਈ ਦਾ ਦਿਨ ਸਭ ਤੋਂ ਵੱਡਾ ਸੀ, ਜਿੱਦਣ ਇੱਕੋ ਦਿਨ ਦੇ ਵਿੱਚ 78,000 ਤੋਂ ਉੱਪਰ ਮਰੀਜ਼ ਜਿਹੜੇ ਆ ਕਰੋਨਾ ਦੇ ਲੱਭੇ ਸੀਗੇ। ਕੱਲ੍ਹ ਪਿਛਲੇ 24 ਘੰਟਿਆਂ ਦੇ ਵਿੱਚ ਭਾਰਤ ਦੇ ਵਿੱਚ ਮਰੀਜ਼ਾਂ ਦੀ ਗਿਣਤੀ 77,000 ਜਿਹੜੀ ਆ ਜੀ ਅੰਕੀ ਗਈ। ਸੋ ਉਹ ਕਹਿ ਰਿਹਾ ਕਿ ਬਿਲਕੁਲ ਉਸ ਰੈਕਟ ਦੇ ਕੋਲ ਜਿਹੜੇ ਆ ਜੀ ਉਹ ਪਹੁੰਚ ਗਏ ਆ। ਅੱਡ ਅੱਡ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੀ ਕਿਸ ਤਰੀਕੇ ਬਚਾਅ ਕੀਤਾ ਜਾ ਸਕੇ, ਪਰ ਮੌਨਸੂਨ ਮੀਂਹ ਉਹਦੇ ਨਾਲ ਜਿਹੜਾ ਫਿਰ ਹੈਜ਼ਾ ਮਲੇਰੀਆ ਅਤੇ ਵਿੱਚ ਕਰੋਨਾ ਉਹਦੇ ਕਰਕੇ ਬਹੁਤ ਸਾਰਾ ਔਖਾ ਹੋਇਆ ਪਿਆ ਜੀ। ਜਿਹੜੀ ਸਭ ਤੋਂ ਵੱਡੀ ਗੱਲ ਜਿਸ ਕਾਰਨ ਜੀ ਉਹਦੇ ਵਿੱਚ ਇਹ ਆ ਕਿ ਲੋਕਾਂ ਦਾ ਵਿਸ਼ਵਾਸ ਉੱਠ ਰਿਹਾ ਡਾਕਟਰੀ ਕਿੱਤੇ ਤੋਂ। ਜਿਹੜੀਆਂ ਉੱਥੇ ਰਿਪੋਰਟਾਂ ਆ ਰਹੀਆਂ ਲੋਕਾਂ ਨੂੰ ਇਹ ਯਕੀਨ ਨਹੀਂ ਹੋ ਰਿਹਾ। ਈਵਨ ਪੰਜਾਬ ਦੇ ਪਿੰਡਾਂ 'ਚ ਲੋਕ ਵੀਡੀਓ ਪਾ ਰਹੇ ਆ ਕਿ ਅਸੀਂ ਡਾਕਟਰੀ ਟੀਮਾਂ ਭਜਾ ਦਿੱਤੀਆਂ, ਸਾਨੂੰ ਉਹਨਾਂ 'ਤੇ ਯਕੀਨ ਨਹੀਂ ਹੈਗਾ। ਜੇ ਕੋਈ ਸਾਡੇ ਪਿੰਡ ਵਿੱਚ ਕਰੋਨਾ ਦਾ ਮਰੀਜ਼ ਹੋਊਗਾ ਅਸੀਂ ਆਪੇ ਇਲਾਜ ਕਰਾ ਲਵਾਂਗੇ, ਜਿਵੇਂ ਮਰਜ਼ੀ ਕਰਾਂਗੇ, ਜਿਵੇਂ ਮਰਜ਼ੀ ਅਸੀਂ ਉਹਨੂੰ ਅੱਡ ਰੱਖਾਂਗੇ, ਜਿਵੇਂ ਮਰਜ਼ੀ ਅਸੀਂ ਉਹਨੂੰ ਦਵਾਈ ਦੇਵਾਂਗੇ। ਡਾਕਟਰ ਸਾਡੇ ਪਿੰਡ ਨਾ ਬੜੇ, ਕਿੱਥੇ ਡਾਕਟਰ ਸੱਦਣਾ ਚਾਹੀਦਾ ਸੀਗਾ? ਉਹਦਾ ਰੀਜ਼ਨ ਕੀ ਆ ਕਿ ਕੁਝ ਥਾਵਾਂ ਦੇ ਉੱਤੇ ਜਿਹੜੇ ਡਾਕਟਰ ਆ, ਕੁਝ ਡਾਕਟਰ ਸਾਰੇ ਨਹੀਂ, ਉਹਨਾਂ ਨੇ ਇਸ ਦੀ ਆੜ ਦੇ ਵਿੱਚ ਧੰਦਾ ਬਣਾਇਆ ਜੀ। ਕਰੋਨਾ ਦੇ ਮਰੀਜ਼ਾਂ ਦੀਆਂ ਜਿਹੜੀਆਂ ਅੱਖਾਂ, ਉਹਨਾਂ ਦੇ ਗੁਰਦੇ, ਉਹਨਾਂ ਦੇ ਗੋਡੇ ਤੱਕ ਕੱਢ ਕੇ ਜਿਹੜੇ ਆ ਜੀ ਵੇਚੇ ਆ। ਉਸ ਤੋਂ ਬਾਅਦ ਬੋਡੀ ਬੈਗ ਦੇ ਵਿੱਚ ਜ਼ਿਪ ਕਰਕੇ ਭੇਜ ਦਿੱਤੇ ਆ ਅਤੇ ਨਾਲ ਹੀ ਡਰਾਵਾ ਦੇ ਦਿੱਤਾ ਵੀ ਇਹ ਬੈਗ ਨਾ ਖੋਲਿਓ, ਜਿਹੜਾ ਖੋਲੂਗਾ ਉਹਨੂੰ ਵੀ ਕਰੋਨਾ ਹੋ ਸਕਦਾ ਆ। ਪਰ ਕਈ ਲੋਕਾਂ ਨੇ ਫਿਰ ਵੀ ਖੋਲ ਲਿਆ। ਇੱਕ ਮਾਂ ਸੀਗੀ, ਉਹਦੇ ਘਰ ਵਾਲੀ ਦੀ ਪਹਿਲਾਂ ਡੈਥ ਹੋਈ ਹੋ ਸੀਗੀ, ਮੁੰਡਾ ਇਕੱਲਾ ਇਕੱਲਾ ਉਹਨੂੰ ਕਰੋਨਾ ਦੇ ਨਾਲ ਮਰਿਆ ਕਹਿ ਦਿੱਤਾ। ਉਹ ਕਹਿੰਦੀ ਮੇਰਾ ਹੁਣ ਰਹਿ ਕੌਣ ਗਿਆ, ਵੀ ਮੈਂ ਇਹਦਾ ਮੂੰਹ ਦੇਖ ਲਊਂਗੀ, ਮੈਂ ਵੀ ਮਰ ਜੂਗੀ, ਮੈਨੂੰ ਕੋਈ ਪਰਵਾਹ ਨਹੀਂ, ਪਰ ਮੈਂ ਆਪਣੇ ਮੁੰਡੇ ਦਾ ਮੂੰਹ ਜ਼ਰੂਰ ਦੇਖਣਾ ਹੈ। ਜਦੋਂ ਮੂੰਹ ਦੇਖਣ ਲਈ ਉਹਨੇ ਬੈਗ ਖੋਲ੍ਹਿਆ, ਦੇਖਿਆ ਕਿ ਥਾਂ ਥਾਂ ਟਾਂਕੇ ਲੱਗੇ ਹੋਏ ਆ, ਸਾਰਾ ਸਰੀਰ ਜਿਹੜਾ ਜੀ ਉਹ ਪਿੰਜਿਆ ਪਿਆ ਆ ਅਤੇ ਵਿੱਚੋਂ ਅੰਗ ਜਿਹੜੇ ਆ ਕੱਢੇ ਹੋਏ ਆ। ਸੋ ਇਹੋ ਜਿਹੀਆਂ ਗੱਲਾਂ ਉੱਥੋਂ ਆ ਰਹੀਆਂ ਆ। ਇੱਕ ਪਾਸੇ ਲੋਕ ਕਰੋਨਾ ਦੀ ਮਾਰ ਝੱਲ ਰਹੇ ਆ, ਦੂਜਾ ਭ੍ਰਿਸ਼ਟਾਚਾਰ ਜਿਹੜਾ ਜੀ ਡਾਕਟਰੀ ਦੇ ਕਿੱਤੇ ਦੇ ਵਿੱਚ ਉਹਨੇ ਲੋਕਾਂ ਦੇ ਸਾਹ ਸੁੱਤੇ ਪਏ। ਆਗੂਆਂ ਦੀ ਕੀ ਹਾਲਤ ਆ ਲੀਡਰਾਂ ਦੀ ਜੀ ਪੰਜਾਬ ਦੇ ਵਿੱਚ? ਖਾਸ ਕਰ ਪੰਜਾਬ ਦੇ ਵਿੱਚ ਤਾਂ ਜੀ ਲੀਡਰ ਜਿਹੜੇ ਆ ਉਹ ਕਾਫੀ ਢਿੱਲੇ ਮੱਠੇ ਚੱਲ ਰਹੇ ਆ। 29 ਦੇ ਕਰੀਬ ਜਿਹੜੇ ਆ ਤਕਰੀਬਨ ਉਹ ਵਿਧਾਇਕ ਕਰੋਨਾ ਤੋਂ ਪੀੜਿਤ ਸੀਗੇ, ਜਿਹਨਾਂ 'ਚ ਸਾਰੀਆਂ ਪਾਰਟੀਆਂ ਦੇ ਵਿਧਾਇਕ ਸ਼ਾਮਿਲ ਹੈਗੇ ਆ। ਅਤੇ ਹੁਣ ਕੈਪਟਨ ਅਮਰਿੰਦਰ ਸਿੰਘ
ਪਿਛਲੇ 2 ਸਾਲ ਹੋ ਗਏ ਇਹਨਾਂ ਨੇ, ਤੁਹਾਨੂੰ ਯਾਦ ਹੋਣਾ 2 ਸਾਲ ਪਹਿਲਾਂ ਬੜਾ ਉੱਥੇ ਜੀ ਛੱਜ ਬੰਨਿਆ ਸੀਗਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕਾਂਗਰਸੀਆਂ ਨੇ, ਅਤੇ ਇੱਦਾਂ ਲੱਗਣ ਲੱਗਾ ਸੀਗਾ ਹਲਾ ਲਾ ਕੇ ਧੂੰਆਂਧਾਰ ਭਾਸ਼ਣ ਕਰ ਕਰਕੇ, ਜਦੋਂ ਇਹਨਾਂ ਨੇ ਘਰ ਨੂੰ ਪਹੁੰਚਣਾ ਹੈ ਆਪਣੇ ਜਾਣਨ ਤੋਂ ਪਹਿਲਾਂ ਪਹਿਲਾਂ ਬੇਅਦਬੀਆਂ ਦੇ ਦੋਸ਼ੀ ਜਿਹੜੇ ਫੜ ਹੋਏ ਹੋਣੇ ਆ, ਇੰਨੇ ਧੂੰਆਂਧਾਰ ਲੱਛੇਦਾਰ ਭਾਸ਼ਣ ਕੀਤੇ ਸੀਗੇ। 2 ਸਾਲ ਹੋ ਗਏ ਇਹਨਾਂ ਨੇ ਜੀ ਗੂੜੇ 'ਚ ਪੂਣੀ ਤੱਕ ਨਹੀਂ ਕੱਤੀ, ਕੱਖ ਨਹੀਂ ਹੋਇਆ, ਕੋਈ ਨਹੀਂ ਫੜਿਆ ਗਿਆ। ਹੁਣ ਵੀ ਕਿ ਬੋਲਣਾ ਨਾ ਪੈ ਜਾਵੇ, ਬਹਾਨਾ ਕੁਦਰਤੀ ਜਿਹੜਾ ਮੂੰਹ 'ਤੇ ਛਿੱਕਲੀਆਂ ਪਾ ਕੇ ਗਏ ਹੋ ਸੀਗੇ ਜੀ, ਕਿਸੇ ਮੁੱਦੇ ਦੇ ਉੱਤੇ ਕੋਈ ਗੱਲ ਨਹੀਂ ਹੋਈ। ਖਜ਼ਾਨਾ ਪੰਜਾਬ ਦਾ ਖਾਲੀ ਆ, ਪਾਣੀ ਪੰਜਾਬ ਕੋਲ ਹੈ ਨਹੀਂ, ਨਸ਼ਿਆਂ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਆ, ਦੁਨੀਆਂ ਦੀ ਕਿਹੜੀ ਸਮੱਸਿਆ ਜਿਹੜੀ ਪੰਜਾਬ 'ਚ ਨਹੀਂ ਹੈਗੀ ਜੀ। ਅਤੇ ਉੱਥੋਂ ਹੁਣ ਇਹ ਬਹਾਨਾ ਲਾ ਦਿੱਤਾ ਗਿਆ ਜੀ, ਕਿਉਂਕਿ ਮੈਂ ਕਹਿੰਦੇ 2 ਵਿਧਾਇਕਾਂ ਨੂੰ ਮਿਲ ਪਿਆ, ਨਿਰਮਲ ਸਿੰਘ ਚਤਰਾਣੇ ਨੂੰ ਅਤੇ ਕੁਲਵੀਰ ਸਿੰਘ ਜ਼ੀਰੇ ਨੂੰ, ਉਹ ਜਿਹੜੀ ਕਰੋਨਾ ਪੋਜ਼ਿਟਿਵ ਆਏ ਹੋਏ ਆ, ਇਸ ਕਰਕੇ ਸਰਕਾਰੀ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਮੈਨੂੰ ਵੀ ਜਿਹੜਾ ਜੀ ਉਹ ਕਹਿੰਦੇ ਵੀ ਹੁਣ ਇਕਾਂਤਵਾਸ ਵਿੱਚ ਰਹਿਣਾ ਪੈਣਾ ਆ, ਅਤੇ ਉਹ ਵੀ ਇਕਾਂਤਵਾਸ ਵਿੱਚ ਚਲੇ ਗਏ ਆ ਜੀ। ਸਮੇਤ ਸੈਣੀ ਹੁਣਾਂ ਦੇ ਮਾਮਲੇ 'ਚ ਕੀ ਅਪਡੇਟ ਆ ਜੀ? ਸਮੇਤ ਸੈਣੀ ਜਿਹੜੇ ਆ ਜੀ, ਉਹਨਾਂ ਨੂੰ ਕਾਨੂੰਨ ਉਹਨਾਂ ਦੇ ਨਾਲ ਕਹਿ ਲਓ ਵੀ ਲੁਕਣ ਮੀਚੀ ਖੇਡ ਰਿਹਾ ਆ। ਇੱਕ ਅਦਾਲਤ ਜਿਹੜੀ ਆ ਉਹ ਕਹਿ ਦਿੰਦੀ ਹੈ ਕਿ ਇਹਦੀ ਗ੍ਰਿਫਤਾਰੀ ਕਰ ਲਓ, ਦੂਜੀ ਅਦਾਲਤ ਕਹਿੰਦੀ ਹੈ ਵੀ ਨਹੀਂ ਹੱਲੇ ਨਹੀਂ ਕਰਨੀ। ਕੱਲ੍ਹ ਸ਼ਾਮੀ ਖਬਰਾਂ ਜਿਹੜੀਆਂ ਉਹ ਆਈਆਂ ਸੀਗੀਆਂ ਕਿ ਸਮੇਤ ਸੈਣੀ ਦੀ ਗ੍ਰਿਫਤਾਰੀ ਦੇ ਵਾਸਤੇ ਪੁਲਿਸ ਨੇ ਉਹਨਾਂ ਦੇ ਘਰ, ਉਹਨਾਂ ਦੇ ਫਾਰਮ ਹਾਊਸ ਦੇ ਉੱਤੇ, ਉਹਨਾਂ ਦੇ ਜਿਹੜੇ ਹੋਰ ਟਿਕਾਣੇ ਸੀ ਉਹਨਾਂ ਦੇ ਉੱਤੇ ਛਾਪੇ ਮਾਰੇ। ਅਖਾਈ ਸੈਣੀ ਸਾਨੂੰ ਲੱਭ ਨਹੀਂ ਰਿਹਾ। ਸਿਤਮ ਜ਼ਰੀਫੀ ਦੀ ਗੱਲ ਇਹ ਹੈਗੀ ਹੈ ਕਿ ਉਹ ਬੰਦਾ ਜਿਹਨੂੰ ਖੁਦ ਸਰਕਾਰ ਨੇ ਬੋਡੀਗਾਰਡ ਦਿੱਤੇ ਹੋਏ ਦਰਜਣਾਂ ਦੀ ਗਿਣਤੀ ਦੇ ਵਿੱਚ, ਉਹ ਬੰਦਾ ਨਹੀਂ ਲੱਭ ਰਿਹਾ। ਗੱਲ ਸੁਣਨੀ ਇਹ ਸੀਗੀ ਵੀ ਤੁਸੀਂ ਸਮੇਤ ਸੈਣੀ ਨੂੰ ਨਾ ਲੱਭੋ, ਆਪਣੇ ਬੋਡੀਗਾਰਡ ਹੀ ਲੱਭ ਲਓ ਜਿਹੜੇ ਦਿੱਤੇ ਹੋਏ ਆ ਉਹਨੂੰ। ਉਹਨਾਂ ਕੋਲ ਤਾਂ ਵਾਇਰਲੈੱਸਾਂ ਹੈਗੀਆਂ, ਉਹਨਾਂ ਨਾਲ ਤੁਹਾਡਾ ਸੰਪਰਕ ਹੋਊਗਾ, ਸੈੱਲ ਫੋਨ ਹੋਣਗੇ, ਉਹ ਲੱਭ ਗਏ ਤਾਂ ਸੈਣੀ ਲੱਭ ਜਾਊਗਾ। ਪਰ ਲੋਕਾਂ ਨੂੰ ਉੱਲੂ ਬਣਾਇਆ ਜਾ ਰਿਹਾ ਜੀ, ਉਹਨੂੰ ਪੂਰਾ ਟਾਈਮ ਦਿੱਤਾ ਗਿਆ। ਇਹਦਾ ਮੇਨ ਟਾਈਮ ਉਹ ਆਪਣੇ ਵਕੀਲ APS ਦਿਓਲ ਦੇ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ। ਜਿਹੜਾ ਪੰਜਾਬ ਸਰਕਾਰ ਦਾ ਕੇਸ ਆ ਉਹਦੇ ਉੱਤੇ ਉਹਨੇ ਇਤਰਾਜ਼ ਪ੍ਰਗਟਾਏ, ਕਹਿੰਦੇ ਵੀ ਇਹ ਕੇਸ ਜਿਹੜਾ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਮੇਰੀ ਸੁਣਵਾਈ ਪ੍ਰੋਪਰ ਨਹੀਂ ਹੋਈ ਹੈਗੀ, ਅਤੇ ਸੁਣਵਾਈ ਪ੍ਰੋਪਰ ਜਿਹੜੀ ਹੈ ਮੇਰੀ ਦੁਬਾਰਾ ਕੀਤੀ ਜਾਵੇ। ਅਦਾਲਤ ਪਹਿਲਾਂ ਮੁਆਮਦਾ ਨਾਕਿਆ, ਉਹ ਕਹਿੰਦੀ ਵੀ ਤੂੰ ਲੇਟ ਹੋ ਗਿਆ, ਇਹ ਤਾਂ ਪਹਿਲਾਂ ਤਿਆਰ ਬੈਠੇ ਤੈਨੂੰ ਜ਼ਮਾਨਤ ਦੇਣ ਨੂੰ, ਅਤੇ ਉਹਨਾਂ ਨੇ ਉਹਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਾ ਦਿੱਤੀ ਆ। ਕਹਿੰਦੇ 1 ਸਤੰਬਰ ਤੋਂ ਫਿਰ ਸੁਣਵਾਈ ਹੋਊਗੀ, ਪਹਿਲਾਂ ਇਹ ਕੇਸ ਸੁਣਿਆ ਜਾਊਗਾ, ਉਦੋਂ ਬਾਅਦ ਇਸ ਕੇਸ ਦਾ ਫੈਸਲਾ ਹੋਊਗਾ, ਫਿਰ ਦੱਸਾਂਗੇ ਵੀ ਸਮੇਤ ਸੈਣੀ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੋਣੀ ਆ ਕਿ ਨਹੀਂ। ਲੋਕ ਪਹਿਲਾਂ ਹੀ ਕਹਿ ਰਹੇ ਸੀਗੇ ਵੀ ਇਹਨੂੰ ਕਿੱਥੇ ਫੜਨਾ ਜੀ ਇਹਨਾਂ ਨੇ, ਇਹਨਾਂ ਦੇ ਇਹਨੂੰ ਅੱਗੇ ਲਾ ਕੇ ਤਾਂ ਸਟੇਟ ਨੇ ਜਿਹੜਾ ਜੀ ਪੰਜਾਬ 'ਚ ਕੰਮ ਕਰਵਾਇਆ, ਮੁੰਡੇ ਮਰਵਾਏ ਆ, ਅਤੇ ਹੁਣ ਆਪਣੇ ਹੀ ਜਿਹੜੇ ਆ ਇੱਕ ਪਾਲਤੂ ਨੂੰ ਕਿਉਂ ਮਾਰਨਗੇ। ਲੋਕਾਂ ਨੂੰ ਪਹਿਲਾਂ ਯਕੀਨ ਹੈ ਨਹੀਂ ਸੀ, ਅੱਡ ਅੱਡ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿੱਥੇ ਜਿੱਥੇ ਵੀ ਨਿਊਜ਼ਾਂ ਲੱਗੀਆਂ ਸੀ, ਲੋਕਾਂ ਨੇ ਤੁਸੀਂ ਕਮੈਂਟ ਪੜ੍ਹੋ, ਉਹਨਾਂ ਨੂੰ ਪਹਿਲਾਂ ਯਕੀਨ ਨਹੀਂ ਸੀਗਾ ਕਿ ਅਦਾਲਤਾਂ ਕੋਈ ਇਨਸਾਫ ਕਰ ਦੇਣਗੀਆਂ, ਅਤੇ ਉਹੀ ਗੱਲ ਹੋਈ ਆ ਜੀ, ਮਾਲਕਾਂ ਦੀ ਮਿਹਰਬਾਨੀ ਹੋਈ ਆ, ਸਮੇਤ ਸੈਣੀ ਕੁਛ ਦਿਨਾਂ ਲਈ ਉਹਨਾਂ ਨੇ ਫੇਰ ਬਚਾ ਲਿਆ, ਜਾਨੂੰ ਕੋਈ ਹੋਰ ਰਾਹ ਲੱਭ ਲੈਣਗੇ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ, ਮਿਹਰਬਾਨੀ। ਰਾਜਕਾਂਤ ਜੀ ਧੰਨਵਾਦ, ਤੁਹਾਡਾ ਇੱਕ ਹਫ਼ਤਾ ਹੋਰ ਲੰਘ ਗਿਆ ਆ ਜੀ, ਅਤੇ ਫਰਾਈਡੇ ਆ ਗਿਆ ਅੱਜ, ਤੁਹਾਨੂੰ ਅਤੇ ਨਾਲ ਹੀ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫਿਰ ਹਾਜ਼ਰ ਹੋਵਾਂਗੇ ਕੁਝ ਖਬਰਾਂ ਤੇ ਗੁਰਪ੍ਰੀਤ ਜੀ ਦਾ ਤਬਸਰਾ। ਅਲਵਿਦਾ ਦੋਸਤ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।